ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੇਅਰ ਪਰ ਡਿਵੀਜ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ SSP ਜਲੰਧਰ ਦਿਹਾਤੀ ਅੰਕੁਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ DSP ਸਬ ਡਿਵੀਜ਼ਨ ਫਿਲੌਰ ਸਰਵਨਜੀਤ ਸਿੰਘ ਦੀ ਅਗਵਾਈ ਹੇਠ ਥਾਣਾ ਮੁਖੀ ਸੁਖਦੇਵ ਸਿੰਘ ਵੱਲੋਂ ਸਾਂਝ ਕੇਂਦਰ ਟੀਮ ਦੇ ਨਾਲ ਮਿਲ ਕੇ ਨਗਰ ਕੌਂਸਲ ਫਿਲੌਰ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਥਾਣਾ ਮੁਖੀ ਸੁਖਦੇਵ ਸਿੰਘ ਅਤੇ ASI ਚਰਨਜੀਤ ਸਿੰਘ ਵੱਲੋਂ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚ ਕੇ ਰਹਿਣ ਲਈ ਵੀ ਜਾਗਰੂਕ ਕੀਤਾ। ਇਸ ਦੌਰਾਨ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਯੁਵਾ ਸਾਂਝ ਸੇਵਾਵਾਂ ਔਰਤਾਂ ਅਤੇ ਬੱਚਿਆਂ ਦੀ ਸਹਾਇਤਾ ਲਈ ਪੁਲਿਸ ਹੈਲਪਲਾਈਨ ਨੰਬਰ 181, 112 ਅਤੇ 1091 ਦੀ ਵਰਤੋਂ ਬਾਰੇ ਅਤੇ ਸ਼ਕਤੀ ਐਪ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਆਖਿਆ ਕਿ ਅਗਰ ਇਲਾਕਾ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਆਵੇ ਤਾਂ ਉਹ ਮੋਬਾਈਲ ਨੰਬਰ 95 187 87 169 'ਤੇ ਸੰਪਰਕ ਕਰ ਸਕਦੇ ਨੇ। ਇਸ ਮੌਕੇ ਸੁਰਿੰਦਰ ਕੁਮਾਰ ਕੌਂਸਲਰ, ਪਰਮਜੀਤ ਭਾਰਤੀ ਕੌਂਸਲਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ। ਸਰਕਾਰ ਵੱਲੋਂ ਮਾਨਯੋਗ CM ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਜੋ ਪੰਜਾਬ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਡਰੱਗ ਡਰਾਈਵ ਚਲਾਈ ਗਈ ਹੈ, ਜਿਸ ਵਿੱਚ ਅਸੀਂ ਜੋ ਸਮੱਗਲਰ ਨਸ਼ਾ ਵੇਚਦੇ ਆ ਉਹਨਾਂ ਦੇ ਉੱਤੇ ਅਸੀਂ ਸਖ਼ਤ ਕਾਰਵਾਈ ਚੱਲ ਰਹੀ ਆ, ਜਿਨ੍ਹਾਂ ਨੂੰ ਅਸੀਂ ਕਾਫੀ ਗਿਣਤੀ ਵਿੱਚ ਸਮੱਗਲਰ ਫੜ ਕੇ ਪਰਚੇ ਦੇ ਕੇ ਜ਼ਿਲ੍ਹਾ ਵਿੱਚ ਭੇਜਿਆ। ਇਸ ਦੇ ਦੌਰਾਨ ਹੀ ਜੋ ਨੌਜਵਾਨ ਇਸ ਨਸ਼ੇ ਦੀ ਭੈੜੀ ਆਦਤ ਵਿੱਚ ਫਸ ਚੁੱਕੇ ਆ, ਜੋ ਇੱਕ ਬਿਮਾਰ ਵਾਂਗ ਨੇ, ਜਿਨ੍ਹਾਂ ਦਾ ਇਲਾਜ ਜੋ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਨਸ਼ਾ ਛੁਡਾਓ ਕੇਂਦਰ ਉਹਨਾਂ ਵਿੱਚ ਅਸੀਂ ਫ੍ਰੀ ਕਰਵਾਉਣ ਲਈ ਇਹ ਉਪਰਾਲਾ ਸ਼ੁਰੂ ਕੀਤਾ ਆ, ਜਿਸ ਦੇ ਤਹਿਤ ਅੱਜ ਫਲੋਰ ਨਗਰ ਕਮੇਟੀ ਦੇ ਵਿੱਚ ਜੋ ਸੀਨੀਅਰ MC ਡਾਵਰ ਜੀ ਅਤੇ ਇਹਨਾਂ ਦੀ ਟੀਮ ਨੇ ਪਰਮਜੀਤ ਭਾਰਤੀ ਜੀ, ਰਣਜੀਤ MC ਅਤੇ ਇਹ ਜੋ ਨੌਜਵਾਨ ਯੰਗ ਜਨਰੇਸ਼ਨ, ਇਹਨਾਂ ਨੂੰ ਅਸੀਂ ਇਹ ਨਸ਼ਿਆਂ ਦੇ ਭੈੜੇ ਨਤੀਜਿਆਂ ਤੋਂ ਆਗਾਹ ਕੀਤਾ ਆ, ਔਰ ਇਹਨਾਂ ਨੇ ਕਸਮ ਖਾਧੀ ਹੈ ਕਿ ਅਸੀਂ ਆਪਣੇ ਸਰਕਲ ਦੇ ਜਿੰਨੇ ਯਾਰ ਦੋਸਤ ਬੱਚੇ ਨੌਜਵਾਨ ਉਹਨਾਂ ਨੂੰ ਜਾ ਕੇ ਘਰਾਂ ਦੇ ਵਿੱਚ ਜਾਗਰੂਕ ਕਰਾਂਗੇ ਕਿ ਜੋ ਬਹੁਤ ਨਸ਼ੇ ਦੀ ਮਾੜੀ ਆਦਤ ਨੂੰ ਨਹੀਂ ਅਪਣਾਉਣਾ, ਚੰਗੇ ਇਨਸਾਨ ਬਣਨਾ, ਚੰਗੇ ਖਿਡਾਰੀ ਬਣਨਾ, ਚੰਗੇ ਆਫੀਸਰ ਬਣਨਾ, ਵਧੀਆ ਸਕੂਲ ਕਾਲਜਾਂ ਦੇ ਵਿੱਚ ਪੜ੍ਹਾਈ ਕਰਨੀ ਆ, ਔਰ ਪ੍ਰਸ਼ਾਸਨ ਦਾ ਸਹਿਯੋਗ ਕਰਨਾ। ਇੱਕ ਤੁਸੀਂ ਹੋਰ